ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਰਮਸਟਡਿਵੀ ਦੀ ਜੌਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਹੋਮ ਡਿਲੀਵਰੀ ਨੂੰ ਲੈ ਕੇ ਜੋ ਸਰਕਾਰ ਹੈ ਘਰ-ਘਰ ਰਾਸ਼ਨ ਪਹੁੰਚਾਉਣ ਨੂੰ ਲੈ ਕੇ ਸਕੀਮ ਲੈ ਕੇ ਆਈ ਸੀ ਸੋ ਹਾਲੇ ਇਹ ਰਾਸ਼ਨ ਹੈ ਜਿਹੜਾ ਨਹੀਂ ਮਿਲੇਗਾ ਸੋ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਜਿਹੜਾ ਸਕੀਮ ਹੈ ਜਿਹੜੀ ਵਾਪਸ ਲਈ ਹੈ ਅਤੇ ਕਾਰਡ ਹੈ ਜਿਹੜੇ ਹੁਣ ਕਿਹੜੇ-ਕਿਹੜੇ ਨਿਰਧਾਰਕ ਨੇ ਇਹਨਾਂ ਦੇ ਰੱਦ ਕੀਤੇ ਜਾਣਗੇ ਇਸੇ ਕਾਰਨ ਇਹ ਸਕੀਮ ਹੈ ਜਿਹੜੀ ਇੱਕ ਵਾਰ ਵਾਪਸ ਲਈ ਹੈ ਸੋ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਜਾਬ ਦੇ ਆਮ ਅਤੇ ਗਰੀਬ ਲੋਕਾਂ ਨੂੰ ਘਰ-ਘਰ ਰਾਸ਼ਨ ਸਕੀਮ ਲਈ ਅਜੇ ਹੋਰ ਅੜੀ ਕਿਹੜੀ ਕਰਨੀ ਪਵੇਗੀ ਮੁੱਖ ਮੰਤਰੀ ਭਵੰਤਮਾਨ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਇਹ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਇੱਕ ਵਾਰੀ ਵਾਪਸ ਹੈ ਜਿਹੜਾ ਲੈ ਲਿਆ ਗਿਆ ਘਰ-ਘਰ ਰਾਸ਼ਨ ਪਹੁੰਚਾਉਣ ਦੀ ਇਸ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵੀ ਲਾਗੂ ਹੈ ਜਿਹੜਾ ਨਹੀਂ ਕੀਤਾ ਗਿਆ ਸੀ ਜਿਸ ਦੇ ਪਿੱਛੋਂ ਸਰਕਾਰ ਨੇ ਇਹ ਸਕੀਮ ਹੈ ਜਿਹੜੀ ਵਾਪਸ ਲੈ ਲਈਏ ਇਸ ਦੌਰਾਨ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਕੀਮ ਨੂੰ ਹੁਣ ਤਬਦੀਲੀ ਕਰਕੇ ਜਿਹੜਾ ਮੋੜ ਦਵਾਰੇ ਲਿਆਂਦਾ ਜਾਵੇਗਾ ਅਤੇ ਲੋਕਾਂ ਨੂੰ ਘਰ-ਘਰ ਰਾਸ਼ਨ ਜਿਹੜਾ ਦਿੱਤਾ ਜਾਵੇਗਾ ਤਾਂ ਡੀਪੂ ਹੋਲਡਰਾਂ ਬਾਰੇ ਵੀ ਸਰਕਾਰ ਨੇ ਕਿਹਾ ਕਿ ਲੋਕਾਂ ਨੂੰ ਸਕੀਮ ਬਾਰੇ ਕੋਈ ਸ਼ੱਕ ਹੈ ਉਹ ਵੀ ਦੂਰ ਕੀਤੇ ਜਾਣਗੇ ਛੇਤੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਕੀਮ ਨੂੰ ਲਾਗੂ ਕੀਤਾ ਜਾਵੇਗਾ ਸਰਕਾਰ ਵੱਲੋਂ ਕਿਹਾ ਗਿਆ ਘਰ-ਘਰ ਰਾਸ਼ਨ ਨਾਲ ਡੀਪੂ ਹੋਲਡਰ ਨੂੰ ਵੀ ਕੋਈ ਨੁਕਸਾਨ ਜਿਹੜਾ ਨਹੀਂ ਹੋਵੇਗਾ ਇਸ ਲਈ ਡੀਪੂ ਹੋਲਡਰਾਂ ਨਾਲ ਵੀ ਮੀਟਿੰਗਾਂ ਜਿਹੜੀ ਕੀਤੀ ਜਾਵੇਗੀ ਅੱਗੇ ਜਿਨ੍ਹਾਂ ਦੇ ਕਾਰਡ ਜਿਹੜੇ ਰੱਦ ਹੋਣਗੇ ਸਰਕਾਰ ਦੇ ਵੱਲੋਂ ਆਟਾ ਦਾਲ ਸਕੀਮ ਦੇ ਵਿੱਚ ਮੋਡਲ ਲਾਗੂ ਕਰਨ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਚਿੱਠੀ ਜਿਹੜੀ ਭੇਜੀ ਗਈ ਹੈ ਜਿਸ ਦਿੱਤੀਦਾ ਹੀ ਨੀਲੇ ਕਾਰਡ ਧਾਰਕਾਂ ਨੇ ਜਾਂਚ ਕਰਨ ਲਈ ਕਿਹਾ ਗਿਆ। ਸਰਕਾਰ ਨੇ ਕਿਹਾ ਕਿ ਜਿਹੜੇ ਕਾਰਡ ਧਾਰਕ ਯੋਗ ਨਹੀਂ ਹਨ ਪਰ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਕਾਰਡ ਬਣਾਈ ਗਏ ਸੀ। ਉਹਨਾਂ ਨੂੰ ਹੁਣ ਰਾਦਾ ਜਿਹੜਾ ਕੀਤਾ ਜਾਏਗਾ। ਮੇਨ ਕਾਰਨ ਇਹੀ ਹੈ। ਜੋ ਸਹੀ ਹੱਕਦਾਰ ਨੇ ਰਾਸ਼ਨ ਲੈਣ ਦੇ ਉਹਨਾਂ ਨੂੰ ਰਾਸ਼ਨ ਜਿਹੜਾ ਮਿਲੇਗਾ। ਜੋ ਸਿਆਸੀ ਪਾਰਟੀਆਂ ਲੀਡਰਾਂ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਪੋਟਾ ਲੈਣ ਦੀ ਖਾਤਰ ਸੱਜਦੇ ਪੁੱਜਦੇ ਘਰਾਂ ਨੂੰ ਵੀ ਜਿਹੜੇ ਕਾਰਡ ਇਹ ਅਵੇਲੇਬਲ ਕਰਵਾਤੇ ਸੀਗੇ। ਰਾਸ਼ਨ ਲੈ ਰਹੇ ਸੀਗੇ ਤਾਂ ਉਹਨਾਂ ਦੇ ਕਾਰਡ ਹੈ ਜਿਹੜੇ ਹੁਣ ਇਹ ਰੱਦ ਹੋਣਗੇ ਇਸ ਕਰਕੇ ਇਸ ਸਕੀਮ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਇਹ ਸਕੀਮ ਹੈ ਜਿਹੜੀ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਇਸ ਯੋਜਨਾ ਨੂੰ ਸੂਬੇ ਭਰ ਵਿੱਚ ਇੱਕੋ ਪੜਾਅ ਦੇ ਵਿੱਚ ਲਾਗੂ ਕੀਤਾ ਜਾਵੇਗਾ ਪੂਰੇ ਸੂਬੇ ਨੂੰ ਇਸ ਲਈ 8 ਜ਼ੋਨਾਂ ਦੇ ਵਿੱਚ ਹੈ ਜਿਹੜਾ ਵੰਡ ਲਿਆ ਗਿਆ ਸੋ ਬਾਕੀ ਅੱਗੇ ਇਹ ਰਿਗਾਰਡਿੰਗ ਜੋ ਅਪਡੇਟਸ ਹੋਣਗੀਆਂ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਧੰਨਵਾਦ